ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਲਈ ਕੋਈ ਨਾ ਕੋਈ ਵੱਡਾ ਐਲਾਨ ਕੀਤਾ ਜਾਂਦਾ ਹੈ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਤੇ ਰੁਜ਼ਗਾਰ ਦੇ ਨਵੇਂ ਸਾਧਨਾਂ ਦੀ ਭਾਲ ਵਿੱਚ 8 ਦਿਨਾਂ ਦੇ ਦੌਰੇ ਲਈ ਜਰਮਨੀ ਪਹੁੰਚੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਵਪਾਰਕ ਮੇਲੇ ਵਿੱਚ ਹਿੱਸਾ ਲਿਆ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਅੱਜ ਜਰਮਨੀ ਦੇ ਮਿਊਨਿਕ ਸ਼ਹਿਰ ਵਿੱਚ ਕਰਵਾਏ ਗਏ ਬਹੁਤ ਵੱਡੇ ਇੰਟਰਨੈਸ਼ਨਲ ਟ੍ਰੇਡ ਫੇਅਰ ਵਿੱਚ ਹਿੱਸਾ ਲਿਆ। ਬਹੁਤ ਸਾਰੀਆਂ ਕੰਪਨੀਆਂ ਨੇ ਪੰਜਾਬ ਵਿੱਚ ਇਨਵੈਸਟ ਕਰਨ ਦੀ ਹਾਮੀ ਭਰੀ। ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਇੱਕ ਵੱਡੇ ਵਪਾਰਕ ਕੇਂਦਰ ਵਜੋਂ ਉਭਰੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਰਮਨੀ ਨਾਲ ਪੰਜਾਬ ਦੀ ਵਪਾਰਕ ਸਾਂਝ ਵਿੱਚ ਭਾਰੀ ਵਾਧਾ ਹੋਵੇਗਾ, ਜਿਸ ਨਾਲ ਪੰਜਾਬ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਤਹਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ 'ਚ ਅਸਿਸਟੈਂਟ ਲਾਈਨ ਮੈਨਾਂ ਦੀਆਂ 2000 ਅਸਾਮੀਆਂ ਵਿਰੁੱਧ ਭਰਤੀ ਪ੍ਰਕਿਰਿਆ ਜਾਰੀ ਹੈ। ਇਹ ਭਰਤੀ ਪ੍ਰਕਿਰਿਆ ਛੇਤੀ ਹੀ ਮੁਕੰਮਲ ਕਰ ਲਈ ਜਾਵੇਗੀ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ PSPCL ਨੇ ਪਹਿਲਾਂ ਜਾਰੀ ਕੀਤੇ ਇਸ਼ਤਿਹਾਰਾਂ ਰਾਹੀਂ ਅਸਿਸਟੈਂਟ ਲਾਈਨ ਮੈਨ ਦੀਆਂ 1690 ਅਸਾਮੀਆਂ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਸਨ ਅਤੇ ਹੁਣ ਇਸ਼ਤਿਹਾਰ ਨੂੰ ਸੋਧ ਦੇ ਕੇ ਇਨ੍ਹਾਂ ਅਸਾਮੀਆਂ ਦੀ ਗਿਣਤੀ ਵਧਾ ਕੇ 2000 ਕੀਤੀ ਗਈ ਹੈ। ਖੇਤੀਬਾੜੀ ਖੇਤਰ 'ਚ ਕੁਦਰਤੀ ਊਰਜਾ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਵਾਲੀ ਇੱਕ ਵੱਡੀ ਪਲਾਂਘ ਪੁੱਟਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਬਿਜਲੀ ਤੇ ਚੱਲਣ ਵਾਲੇ 1 ਲੱਖ ਖੇਤੀ ਟਿਊਬਵੈੱਲਾਂ ਨੂੰ ਸੌਰ ਊਰਜਾ ਉੱਤੇ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਬਿਜਲੀ ਸਬਸਿਡੀ ਉੱਤੇ ਆਉਂਦੇ ਸਾਲਾਨਾ 200 ਕਰੋੜ ਰੁਪਏ ਦੇ ਖਰਚ ਦੀ ਬਚਤ ਹੋਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਊਰਜਾ ਖੇਤਰ ਬੇਮਿਸਾਲ ਤਰੀਕੇ ਨਾਲ ਵਿਕਾਸ ਕਰ ਰਿਹਾ ਹੈ ਅਤੇ ਇਹ ਕ੍ਰਾਂਤੀਕਾਰੀ ਕਦਮ ਕਿਫਾਇਤੀ ਅਤੇ ਪ੍ਰਦੂਸ਼ਣ ਰਹਿਤ ਊਰਜਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਦਾ ਰਾਹ ਪੱਧਰਾ ਕਰੇਗਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ 2022 ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸੂਬੇ ਨੂੰ ਪ੍ਰਗਤੀਸ਼ੀਲ ਨਵੀਨਤਮ ਅਤੇ ਟਿਕਾਊ ਉਦਯੋਗਿਕ ਤੇ ਕਾਰੋਬਾਰੀ ਵਾਤਾਵਰਣ ਪ੍ਰਣਾਲੀ ਰਾਹੀਂ ਵਪਾਰ ਲਈ ਸਭ ਤੋਂ ਤਰਜੀਹ ਸਥਾਨ ਵਜੋਂ ਉਭਰਨ ਦੀ ਦੂਰਦ੍ਰਿਸ਼ਟੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ 2022 ਦੇ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੰਬੰਧੀ ਫਾਈਲਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਪ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਦੀ ਫਿਰੌਤੀ ਵਾਲੀ ਟੇਪ ਦੀ CBI ਜਾਂਚ ਦੀ ਮੰਗ ਕੀਤੀ ਹੈ। ਕੈਬਨਿਟ ਮੰਤਰੀ ਸਰਾਰੀ ਦੀ ਆਪਣੇ OSD ਨਾਲ ਹੋਈ ਗੱਲਬਾਤ ਦੀ ਆਡੀਓ ਟੇਪ ਬਾਰੇ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਮੰਤਰੀ ਕੁਝ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਕੋਲੋਂ ਫਿਰੌਤੀ ਦੀ ਰਕਮ ਹਾਸਲ ਕਰਨ ਦੀ ਯੋਜਨਾ ਤੇ ਚਰਚਾ ਕਰਦੇ ਫੜੇ ਗਏ। ਉਹਨਾਂ ਨੇ ਕਿਹਾ ਕਿ OSD ਨੇ ਖੁਦ ਇਹ ਗੱਲ ਆਖੀ ਹੈ ਕਿ ਇਹ ਆਡੀਓ ਟੇਪ ਅਸਲੀ ਹੈ ਅਤੇ ਇਹ ਹੁਣ ਸਰਕਾਰ ਦੇ ਹੱਥ ਹੈ ਕਿ ਉਹ ਸਰਾਰੀ ਖਿਲਾਫ ਦੋਸ਼ਾਂ ਵਾਲੀ ਇਹ ਟੇਪ CBI ਨੂੰ ਸੌਂਪ ਕੇ ਇਸ ਦੀ ਡੂੰਘਾਈ ਨਾਲ ਜਾਂਚ ਕਰਵਾਉਂਦੀ ਹੈ ਜਾਂ ਨਹੀਂ। ਇਸ ਵਕਤ ਅਸੀਂ ਮਿਊਨਿਕ ਦੇ ਵਿੱਚ ਜਿਹੜਾ ਟ੍ਰੇਡ ਫੇਅਰ ਹੈ, ਵਪਾਰ ਮੇਲਾ ਲੱਗਿਆ ਹੋਇਆ, ਉੱਥੇ ਆਏ ਹੋਏ ਹਾਂ। ਦੁਨੀਆ ਦੀਆਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਕਿ ਐਗਰੋ ਇੰਡਸਟਰੀ ਨਾਲ ਸੰਬੰਧਿਤ ਨੇ, ਪ੍ਰੋਸੈਸਿੰਗ ਨਾਲ ਸੰਬੰਧਿਤ ਨੇ, ਕੁਛ ਓਇਲ ਸੀਡਸ ਨਾਲ ਸੰਬੰਧਿਤ ਨੇ, ਕੁਛ ਕੰਪਨੀਆਂ ਟਰੈਕਟਰਾਂ ਦੇ ਜਾਂ ਕੰਬਾਈਨਾਂ ਦੇ ਪਾਰਟਸ ਬਣਾਉਂਦੀਆਂ ਨੇ। ਸੋ ਬਹੁਤ ਸਾਰੀਆਂ ਕੰਪਨੀਆਂ ਇੱਥੇ ਇਸ ਟ੍ਰੇਡ ਫੇਅਰ ਦੇ ਵਿੱਚ ਆਪਣੇ ਆਪਣੇ ਸਟਾਲ ਲਾਏ ਨੇ। ਉਹਨਾਂ ਨੂੰ ਅੱਜ ਸਾਡੀਆਂ ਬਹੁਤ ਸਾਰੀਆਂ ਕੰਪਨੀਆਂ ਨਾਲ ਗੱਲ ਵੀ ਹੋਈ ਹੈ ਕਿ ਉਹਨਾਂ ਨੂੰ ਅਸੀਂ ਪੰਜਾਬ ਆਉਣ ਦਾ ਸੱਦਾ ਦਿੱਤਾ ਅਤੇ ਉਹਨਾਂ ਨੇ ਵੀ ਇੰਟਰਸਟ ਦਿਖਾਇਆ ਕਿ ਅਸੀਂ ਇੰਡੀਆ ਦੇ ਵਿੱਚ ਆਉਣਾ ਚਾਹੁੰਦੇ ਹਾਂ। ਕੁਛ ਕੰਪਨੀਆਂ ਇਹੋ ਜਿਹੀਆਂ ਨੇ ਜਿਹੜੀਆਂ ਕੋਈ ਬੈਂਗਲੋਰ ਹੈ ਪਹਿਲਾਂ, ਉਹ ਆਪਣਾ ਇੰਡੀਆ ਦੇ ਵਿੱਚ ਜਿਹੜਾ ਵਪਾਰ ਹੈ ਉਹਨੂੰ ਐਕਸਟੈਂਡ ਕਰਨਾ ਚਾਹੁੰਦੀਆਂ ਨੇ, ਵਧਾਉਣਾ ਚਾਹੁੰਦੀਆਂ ਨੇ, ਤਾਂ ਉਹਨਾਂ ਨੂੰ ਅਸੀਂ ਪੰਜਾਬ ਆਉਣ ਦਾ ਸੱਦਾ ਦਿੱਤਾ ਅਤੇ ਬਹੁਤ ਅੱਛਾ ਲੱਗਿਆ ਕਿ ਇੰਟਰਨੈਸ਼ਨਲ ਟ੍ਰੇਡ ਫੇਅਰ ਜਿਹੜਾ ਚੱਲ ਰਿਹਾ ਉਹਦੇ 'ਚ ਅਸੀਂ ਆਏ ਹਾਂ ਅਤੇ ਪੰਜਾਬ ਦਾ ਅਸੀਂ ਪੱਖ ਇੱਥੇ ਰੱਖਿਆ ਅਤੇ ਪੰਜਾਬ ਦਾ ਜਿਹੜਾ ਐਟਮੋਸਫੀਅਰ ਹੈ, ਪੰਜਾਬ ਦਾ ਵਰਕ ਕਲਚਰ ਹੈ, ਪੰਜਾਬ ਦਾ ਜਿਹੜਾ ਕਲਚਰਲ ਜਿਹੜਾ ਉਹ ਹੈ, ਪੰਜਾਬ ਇੱਕ ਐਗਰੇਰੀਅਨ ਸਟੇਟ ਹੈ, ਪੰਜਾਬ 'ਚ ਇੰਡਸਟਰੀ ਵੀ ਆਵੇ। ਸੋ ਸਭ ਕੁਛ ਅੱਜ ਕੱਲ੍ਹ ਜਿਹੜੀ ਐਗਰੀਕਲਚਰ ਉਹ ਵੀ ਬਹੁਤ ਵੱਡੀ ਇੰਡਸਟਰੀ ਬਣ ਰਹੀ ਹੈ ਅਤੇ ਉਹ ਸਾਰਿਆਂ ਨੇ ਬਹੁਤ ਸਾਰਾ ਇੰਟਰਸਟ ਦਿਖਾਇਆ। ਬਾਕੀ ਸਾਰੇ ਵੇਰਵੇ ਆਉਣ ਵਾਲੇ ਦਿਨਾਂ 'ਚ ਅਸੀਂ ਤੁਹਾਨੂੰ ਦੱਸਦੇ ਰਹਾਂਗੇ। ਪੰਜਾਬੀਆਂ ਲਈ, ਕਿਸਾਨਾਂ ਲਈ ਇੱਕ ਨਵੀਂ ਖੁਸ਼ਖਬਰੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਦੇ ਤਹਿਤ ਪੰਜਾਬ ਦੇ ਵਿੱਚ ਨਿਊ ਐਂਡ ਰਿਨਿਊਬਲ ਐਨਰਜੀ ਡਿਪਾਰਟਮੈਂਟ ਵੱਲੋਂ ਕੇਂਦਰ ਸਰਕਾਰ ਤੋਂ 1 ਲੱਖ ਮੋਟਰਾਂ ਨੂੰ, ਐਗਰੀਕਲਚਰ ਪੰਪ ਸੈੱਟਸ ਨੂੰ ਨੋਰਮਲ ਕਨਵੈਨਸ਼ਨਲ ਬਿਜਲੀ ਤੋਂ ਸ਼ਿਫਟ ਕਰਕੇ ਸੋਲਰ ਐਨਰਜੀ ਦੇ ਉੱਪਰ ਲੈ ਕੇ ਜਾਣ ਦੀ ਅਪਰੂਵਲ ਮਿਲ ਚੁੱਕੀ ਹੈ, ਜਿਸ ਦੇ ਤਹਿਤ 1 ਲੱਖ ਮੋਟਰਾਂ ਨੇ ਜਿਹੜੀਆਂ ਹੁਣ ਉਹ ਸੌਰ ਊਰਜਾ ਦੇ ਨਾਲ ਚੱਲਣਗੀਆਂ, ਜਿਸ ਦਾ ਫਾਇਦਾ ਸਿੱਧਮ ਸਿੱਧੇ ਪੰਜਾਬੀਆਂ ਨੂੰ ਇਹ ਹੋਏਗਾ ਕਿ ਇੱਕ
बिजली है जिहड़ी उस सरकार नूं सस्ती पएगी, जिस दे तहत 200 करोड़ दी सबसिडी दा बिल है वह कटेगा, वातावरण है जिहड़ा वह शुद्ध रहेगा और वधिया बिजली है जिहड़ी वह रैगूलर बिजली है जिहड़ी वह मिलन दे विच सहाई होएगी। इस तहत पहले पड़ा दे विच 54 मैगावाट यानी कि 25,000 मोटरां नूं सोलर दे उपर चलाउण दा टेंडर है जिहड़ा वह साडा डिपार्टमेंट है लगा चुक्या है। रिन्यूएबल एनर्जी अज दुनिया दे विच एक्सेप्टेड टेक्नोलॉजी है और सारी दुनिया इस वल वध रही है। मेरी लोगों नूं पंजाबियों नूं बेनती है कि वह भी इस टेक्नोलॉजी नूं अपनाउण ताकि सबसिडी दे बिल ने जिहड़े वह घट सकण और जिहड़ी इनपुट कॉस्ट सरकार नूं पैंदी है वह भी इहदे नाल काफ़ी रिड्यूस हुंदी है। यह 1,00,000 सोलर पंप सौर ऊर्जा के उपर करने का तकरीबन 1,000 करोड़ रुपए का प्रोजेक्ट है जिहड़ा भगवंत मान जी की सरकार उन्हां दी योग अगुवाई दे हेठ बड़ी जल्दी ही पूरा करेगी ताकि पंजाबियों नूं दा बोझ है जिहड़ा ਉਹ ਘਟਾਇਆ ਜਾ ਸਕੇ ਔਰ ਪੰਜਾਬ ਤਰੱਕੀ ਦੀਆਂ ਰਾਹਾਂ ਤੇ ਚੱਲ ਸਕੇ। ਜੀ ਮੈਂ ਆਪਣੇ ਬਚਪਨ ਨੂੰ ਯਾਦ ਕਰ ਰਹੀ ਸੀ, ਮੈਂ ਜ਼ਿਲ੍ਹਾ ਪੱਧਰੀ ਮੈਂ ਮਾਨਸਾ ਜ਼ਿਲ੍ਹੇ ਜਦੋਂ ਗੇਮਸ ਖੇਡੀਆਂ ਸੀ ਤਾਂ ਮੈਂ ਸ਼ਾਰਟਪੁੱਟ 'ਚੋਂ ਵੀ ਫਸਟ ਆਈ ਸੀ, ਜੈਵਲਿਨ 'ਚੋਂ ਵੀ ਫਸਟ ਆਈ ਸੀ, ਡਿਸਕਸ ਥਰੋ 'ਚੋਂ ਵੀ ਫਸਟ ਆਈ ਸੀ। ਮੈਂ ਐਥਲੀਟ ਸੀ ਜੀ ਅਤੇ ਮੇਰੇ ਅੱਗੇ ਮੈਂ ਨਹੀਂ ਉਦੋਂ ਇੰਨੇ ਕੋਚ ਪ੍ਰੋਵਾਈਡ ਹੁੰਦੇ ਨਹੀਂ ਸੀ, ਅੱਗੇ ਜਾ ਨਹੀਂ ਸਕੀ, ਉਨੀ ਕੋਚਿੰਗ ਹੈ ਨਹੀਂ ਸੀ, ਪਰ ਜੇ ਕਿਤੇ ਕੋਚਿੰਗ ਮਿਲਦੀ ਸ਼ਾਇਦ ਹੋਰ ਵੀ ਅੱਗੇ ਪੰਜਾਬ ਤੋਂ ਅੱਗੇ ਜਾ ਸਕਦੇ ਹੁੰਦੇ। ਬਟ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਵੀ ਜਿਹੜੇ ਜਵਾਕ ਖੜੇ ਨੇ ਇਹਨਾਂ ਨੂੰ ਨਾ ਕੋਚਾਂ ਦੀ ਕਮੀ ਛੱਡੀਏ, ਨਾ ਇਹਨਾਂ ਦੀ ਡਾਈਟ ਦੀ ਕਮੀ ਛੱਡੀਏ, ਨਾ ਮਿੱਟੀ ਦੀ ਅਤੇ ਨਾ ਖੇਡਾਂ ਦੇ ਮੈਦਾਨ ਦੀ। ਪੰਜਾਬ ਸਰਕਾਰ ਇਹਨਾਂ ਦੇ ਨਾਲ ਹੈ, ਸਾਡੇ ਸਪੋਰਟਸ ਮਿਨਿਸਟਰ ਮੀਤ ਹੇਰ ਜੀ ਉਹ ਵੀ ਮਿਹਨਤ ਕਰ ਰਹੇ ਨੇ, ਜਾ ਕੇ ਹਰ ਜਗ੍ਹਾ ਉੱਤੇ ਲੱਗੇ ਹੋਏ ਨੇ ਅਤੇ ਡੈਫੀਨੇਟਲੀ ਅੱਛੇ ਇਹੋ ਜਿਹੇ ਬੱਚੇ ਪੈਦਾ ਕਰਾਂਗੇ ਜਿਹੜੇ ਸਾਡੇ ਪੰਜਾਬ ਦਾ ਪਹਿਲਾਂ ਵਾਂਗੂ ਨਾਂ ਰੌਸ਼ਨ ਕਰਨ, ਜਿਹੜੇ ਅੱਗੇ ਤੱਕ 100% ਜੀ। ਕੁੜੀਆਂ ਨੂੰ ਅੱਗੇ ਲੈ ਕੇ ਆਓ, ਕੁੜੀਆਂ ਬੜੀਆਂ ਪੰਜਾਬ ਦੀਆਂ ਪੰਜਾਬਣਾਂ ਧਾਕੜ ਨੇ ਅਤੇ ਉਹਨਾਂ ਦੀ ਕੁੜੀਆਂ ਦੀ ਕਾਫੀ ਪਾਰਟੀਸਪੇਸ਼ਨ ਆ ਮੈਂ ਆਲਰੇਡੀ ਦੇਖਿਆ ਅਤੇ ਮੈਕਸੀਮਮ ਮੈਂ ਪੇਰੈਂਟਸ ਨੂੰ ਕਹਿੰਦੀ ਹਾਂ, ਬਜ਼ੁਰਗਾਂ ਨੂੰ ਕਹਿੰਦੀ ਹਾਂ ਕਿ ਆਓ ਵੀ ਹੁਣ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾਉਣਾ, ਲੋਕਾਂ ਦੀ ਫੁੱਲ ਪਾਰਟੀਸਪੇਸ਼ਨ ਹੋਣੀ ਬਹੁਤ ਜ਼ਰੂਰੀ ਹੈ। ਪੰਜਾਬ ਨੂੰ ਦੁਬਾਰਾ ਆਪਾਂ ਜਿਹੜਾ ਉਹ ਖੇਡਾਂ ਦੇ ਰੰਗ 'ਚ ਰੰਗੀਏ, ਬੱਚਿਆਂ ਨੂੰ ਭੇਜੋ ਬਾਹਰ, ਬੱਚੀਆਂ ਨੂੰ, ਕਿਉਂਕਿ ਇਹਨਾਂ ਨੇ ਵੱਡੇ ਹੋ ਕੇ ਜਿਹੜਾ ਵਧੀਆ ਖਿਡਾਰੀ ਬਣਨਾ, ਬਹੁਤ ਸਾਰੇ ਇਹੋ ਜਿਹੜੇ ਓਲੰਪੀਅਨਸ ਬਣਨਗੇ, ਓਲੰਪਿਕਸ 'ਚ ਅੱਗੇ ਜਾਣਗੇ, ਡੈਫੀਨੇਟਲੀ ਆਉਣ ਵਾਲਾ ਟਾਈਮ ਇਹੋ ਜਿਹਾ ਆਉਣ ਵਾਲਾ ਕਿ ਜਦੋਂ ਹੁਣ ਆਪਾਂ ਗੱਲਾਂ ਕਰਦੇ ਸੀ ਵੀ ਹਰਿਆਣਾ ਜਿਹੜਾ ਉਹ ਹਿੰਮਤ ਕਰ ਰਿਹਾ ਖਿਡਾਰੀਆਂ ਲਈ, ਉਸੇ ਤਰੀਕੇ ਪੰਜਾਬ ਵਰਗੇ ਖਿਡਾਰੀ ਦੇਸ਼ 'ਚ ਨਹੀਂ ਸੀ, ਦੁਬਾਰਾ ਉਸੇ ਥਾਂ ਉੱਤੇ ਲੈ ਕੇ ਜਾਵਾਂਗੇ ਜਦੋਂ ਪੰਜਾਬ 'ਚ ਚੰਗੇ ਖਿਡਾਰੀ ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਸਾਡੇ ਲਈ ਲੈ ਕੇ ਆਉਣਗੇ। ਮੈਂ ਇੱਥੇ ਉੱਥੇ ਉਹ ਨਹੀਂ, ਉਹਨਾਂ ਦੀ ਜ਼ਮੀਨ ਜ਼ਿਆਦਾ ਆ ਜੀ, ਮੈਂ ਬਹੁਤ ਮੈਨੂੰ ਦੁੱਖ ਹੈ ਵੀ ਜਿਹੜੀ ਫਸਲ ਕਈ ਵਾਰੀ ਕੋਈ ਫੰਗਸ ਪੈਣ ਕਰਕੇ ਉਹ ਮਰ ਜਾਂਦੀ ਆ, ਅਤੇ ਮੈਂ ਉਹ ਕੱਲ੍ਹ ਹੀ ਜਿਹੜੀ ਸਾਰੀ ਕਵਰੇਜ ਦੇਖੀ ਹੈ ਮੇਰੇ ਤੱਕ ਕੱਲ੍ਹ ਹੀ ਪਤਾ ਲੱਗਿਆ ਅਤੇ ਮੈਂ ਇਸ ਤੋਂ ਬਾਅਦ ਸਿੱਧਾ ਉੱਥੇ ਜਾ ਰਹੀ ਹਾਂ, ਉਹ ਜ਼ਮੀਨ ਉੱਤੇ ਜਾ ਰਹੀ ਹਾਂ ਜਿਹੜੀ। ਜੀ ਲਗਭਗ ਅਸੀਂ 30,000 ਕਰੋੜ ਤੋਂ ਉੱਪਰ ਜਿਹੜੀ ਇਨਵੈਸਟਮੈਂਟ ਆਪਣੀ ਸਰਕਾਰ ਦੇ ਵਿੱਚ ਲੈ ਕੇ ਆਏ ਹਾਂ, ਜਿਹਦੇ ਨਾਲ 50 ਤੋਂ 70,000 ਨੌਕਰੀਆਂ ਪੈਦਾ ਹੋਣਗੀਆਂ। ਇਸ ਤੋਂ ਬਾਅਦ ਵੀ ਹੁਣ ਮੈਂ ਦਿੱਲੀ ਜਾਣਾ ਹੈ, ਮੇਰੀ ਜ਼ਿੰਮੇਵਾਰੀ ਸੀ ਐੱਮ ਸਾਹਿਬ ਲਾ ਕੇ ਗਏ ਨੇ, ਇੰਡਸਟਰੀ ਨਾਲ ਉੱਥੇ ਮੀਟ ਹੈ ਜੀ, ਅਤੇ ਉਸ ਤੋਂ ਬਾਅਦ ਟੂਰਿਜ਼ਮ ਲਈ ਹੋਰ ਮੀਟਿੰਗਸ ਕਰ ਰਹੇ ਹਾਂ। ਟੂਰਿਜ਼ਮ ਨੂੰ ਲੈ ਕੇ, ਇਨਵੈਸਟਮੈਂਟ ਨੂੰ ਲੈ ਕੇ ਬਹੁਤ ਸਾਰੀ ਇੰਡਸਟਰੀ ਲੈ ਕੇ ਆਏ ਹਾਂ, ਅਸੀਂ ਤਾਂ ਦੋਹੇ ਹੱਥ ਖੋਲ੍ਹ ਕੇ ਤੁਹਾਡੇ ਚੈਨਲਸ ਰਾਹੀਂ ਵੀ ਕਹਿੰਦੇ ਹਾਂ ਵੀ ਪਹਿਲਾਂ ਵਾਲਾ ਸਿਸਟਮ ਨਹੀਂ ਹੈਗਾ, ਨਾ ਅਸੀਂ ਪਹਿਲਾਂ ਵਾਲਾ ਸਾਡਾ ਕੰਮ ਆ ਕਿ ਅਸੀਂ ਤੰਗ ਪਰੇਸ਼ਾਨ ਕਰਦੇ, ਸਾਨੂੰ ਤਾਂ ਇਹ ਆ ਵੀ ਸਾਡੇ ਨੌਜਵਾਨਾਂ ਨੂੰ ਜਗਾਰ ਦਿਓ, ਤੁਸੀਂ ਆਉਂਗੇ ਪੰਜਾਬ ਮਜ਼ਬੂਤ ਹੋਊ, ਸਰਕਾਰ ਦੇ ਨਾਲ ਹੋਰ ਮਦਦ ਹੋ ਜਾਣੀ ਹੈ, ਕਿਉਂਕਿ ਜੇ ਇੰਡਸਟਰੀ ਬਹੁਤ ਸਾਰੀਆਂ ਜਿਹੜੀਆਂ ਨੌਕਰੀਆਂ ਪੈਦਾ ਕਰ ਸਕਦੀ ਹੈ, ਛੋਟੇ ਤੋਂ ਲੈ ਕੇ ਵੱਡੇ ਲੈਵਲ ਤੱਕ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ, ਖੂਬ ਪੈਸਾ ਕਮਾਓ, ਸਾਡੇ ਨੌਜਵਾਨਾਂ ਨੂੰ ਖੂਬ ਨੌਕਰੀਆਂ ਦਿਓ, ਇਹੀ ਸਾਡੀ ਇੱਛਾ ਹੈ, ਅਤੇ ਜ਼ਰੂਰ ਤੁਹਾਨੂੰ ਅੱਗੇ ਹੋਰ ਰਿਜ਼ਲਟ ਮਿਲਣਗੇ, ਸਾਰੀਆਂ ਕੰਪਨੀਜ਼ ਲੈ ਕੇ ਆਵਾਂਗੇ ਜਿਹੜੀਆਂ ਇੱਥੇ ਇਨਵੈਸਟ ਕਰਨਗੀਆਂ ਪੰਜਾਬ 'ਚ। ਦੇਖੋ ਜੀ ਇਹ ਤਾਂ ਪੋਲੀਟਿਕਸ ਦੇ ਵਿੱਚ ਆ, ਡੈਫੀਨੇਟਲੀ ਜਿਹੜਾ ਜਿਸ ਤਰੀਕੇ ਕੋਈ ਬਿਹੇਵ ਕਰ ਰਿਹਾ ਕਰੀ ਜਾਂਦੇ ਆ, ਉਹਨਾਂ ਦਾ ਚੱਲੀ ਜਾਂਦਾ, ਇਹਨਾਂ ਦਾ ਸਾਡਾ ਤਾਂ ਪੰਜਾਬ ਦੀ ਤਰੱਕੀ ਵੀ ਨਹੀਂ ਧਿਆਨ ਆ, ਕੰਮ ਕਰਨ ਵੀ ਨਹੀਂ ਧਿਆਨ ਆ, ਇਹ ਜਿਹੜਾ ਨਿਕਲ ਜਾਂਦੇ ਕਿਤੇ ਚੱਲ ਜਾਂਦੇ ਵਿਚਾਰਿਆਂ ਦਾ ਰੁਝਾਨ ਲੱਗਿਆ। ਹਾਂਜੀ ਹਾਂਜੀ ਹਾਂਜੀ, ਨਹੀਂ ਬਿਲਕੁਲ ਠੀਕ ਹੈ ਤੁਹਾਡਾ। ਹਲਕਾ ਖਰੜ ਦੇ ਵਾਸਤੇ ਇੱਕ ਤਾਂ ਹੁਣ ਬੱਸ ਸਟੈਂਡ ਦਾ ਜਿਹੜਾ ਕੰਮ ਹੈ ਉਹ ਜਲਦੀ ਪਾਸ ਕਰਵਾ ਕੇ ਸ਼ੁਰੂ ਕਰਵਾ ਰਹੇ ਹਾਂ। ਲਗਭਗ ਜਿਹੜਾ ਉਹ ਟਾਂਡੇ ਦੇ ਪੁਲ ਦੀ ਦੁਰਘਟਨਾ ਵਾਪਰ ਗਈ ਸੀ, ਬੜੀ ਦੁੱਖਦਾਈ ਸੀ, ਕਿਉਂਕਿ ਹੁਣ
उस तो पहले ही जड़ा मैं उन्होंने टै लगवाण के लिए पेशकश करती सी, वो भी लगभग क्लीयर है जी। 5 पुल जे 12 करोड़ की कीमत दे लगभग जल्दी शुरू हो जाएंगे। इस तो बिना नवा गाँव के सीवरेज ट्रीटमेंट प्लांट की जी 20-25 साल की डिमांड है, वो जमीन लभण की देरी है, वो भी लगभग क्लीयर है साडा, वो भी काम शुरू कर देवे। कुछ नहीं छड़ते जी, सारे काम थोनू भी कहने पत्रकार वीर भी सारे काम नबेड़ा 5 साल कुछ नहीं छड़ते। जिनी हिम्मत परमात्मा ने बख्शी तुसी भी साथ बनाई रखो। सत श्रीकाल जी, मैं भगवंत मान। असी जर्मनी के म्यूनिक शहर के जिथे तुम देख सकते हो कि बहुत सारे मुल्क के झंडे लगे हुए हैं, भारत का झंडा तिरंगा इतने झूल रहा है। इतने इंटरनेशनल ट्रेड फेयर हो रहा है जिदे बहुत सारिया कंपनियां जड़िया ने वो अपना अपना स्टॉल ला रही ने। बहुत सारिया खेती संबंधित कंपनियां ने, एग्रो इंडस्ट्री संबंधित कंपनियां ने, ट्रैक्टर कंबाइन उन्होंने जोड़े पार्ट्स ने उन्होंने ज गड्डियां दे पार्ट्स नाल संबंधित कंपनियां ने, ऑयल सीड जां फिर सूरजमुखी जां आपां कह सकदे आ कि जिन्ने भी दालां जां तेल वालियां जिहड़ियां फसलां ने, जिवें कि सरों भी हो सकदी है, उहदे च मक्की भी हो सकदी है। सो उहनां दी बहुत लेटेस्ट टैक्नोलॉजी जिहड़ी उहनां ने सानूं दिखाई है। बहुत सारियां कंपनियां नाल गल होई है कि उहनां नूं असीं पंजाब आउण दा सद्दा दित्ता है ते जल्दी उह पंजाब दा जिहड़ा साडा इनवैसट पंजाब दा जिहड़ा साडा नारा है उहदा पूर्ण रूप दे विच सहयोग करन दा उन्होंने वादा किया कि असीं आवांगे। सानूं बस माहौल चाहिए, असीं कहा तुहानूं माहौल भी देवांगे, तुहानूं सिंगल विंडो जिहड़ा सिस्टम देवांगे, कोई प्रॉब्लम नहीं आनी। आओ पंजाब च काम करो, फैक्ट्रियां लाओ ते साडे नौजवानों नूं मुंडे कुड़ियां नूं काम कर दिओ, रोज़गार दिओ। बहुत बहुत धन्यवाद। बाकी डिटेल जिहड़ी है वह समय समय से तुहानूं आउंदे दिनां दे विच अपडेट कर दिया। जे धरती से भूचाल आ जाए फिर की करांगे आपां, मतलब जिंदे कोई नहीं। अधिकारियों ने उदों कीता, मेरी गल नोट करो, अधिकारियों ने उदों गड़बड़ कीता जो पोलीटिकल लीडरशिप निकला। ऐसा पोलीटिकल लीडरशिप कि भगवंत मान जी की ना आप करांगे, ना अधिकारियों कर देंगे, ना कि कंपनी को कर देंगे, ना कि किसान कर देंगे। सर एक भी रुपये की गड़बड़ नहीं होने देंगे, तुम घबराओ। हाँ जी, नहीं वह एक्शन हो गया, वह पूरा रेडी करके इनकुआरी करके मान साहब नूं फाइल दिती है, वह अगे जांच करा रहे। जो जांच होगी जिहड़ा बंदा दोषी उहदे खिलाफ़ कार्रवाई होगी, कोई चक्कर नहीं, हर बंदे दे खिलाफ़ कार्रवाई होगी जी। ताडा बहुत बहुत धन्यवाद तुसीं टाइम कर। हाँ जी, सर आने वाले समय का यह नहीं पता कि आप रहना कि नहीं रहना, वक्त की गल करिए, अज के वक्त सर 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 मेरी गल सुनो सर जी, तुम